ਜਿਹੜੀ ਰਿਫਿਊਜ਼ ਵੀ ਹੋ ਗਿਆ ਸੀ ਕੰਮ। ਹਾਂਜੀ ਆਪਾਂ ਐਮ ਪੀ ਕੋਲ ਗਏ, ਐਮ ਪੀ ਨੇ ਕੋਈ ਜਵਾਬ ਦਿੱਤਾ ਨਹੀਂ, ਪਹਿਲੀ ਵਾਲੀ ਐਮ ਪੀ ਨੇ ਮਨਾ ਕਰਤਾ, ਦੂਸਰੀ ਐਮ ਪੀ ਨੇ ਕਿਹਾ ਕਿ ਵੀ ਇਹ ਰਿਫਿਊਜ਼ ਹੋ ਗਿਆ, ਕੁਛ ਨਹੀਂ ਕਰ ਸਕਦੇ। ਜੀ ਜੀ ਤੇ ਜੀ ਯਾਦ ਹੈ ਫਿਰ ਆਪਾਂ ਫਿਰ ਉਹ ਉਹਨਾਂ ਨੂੰ ਇੱਕ ਮੈਂ ਇੱਕ ਈਮੇਲ ਈਮੇਲ ਬਣਾ ਕੇ ਲਿਖੀ ਸੀ। ਸ਼ੋਡ ਯੂ ਦ ਈਮੇਲ ਡਿਡ ਆਈ? ਯਾ ਯੈਸ ਯੂ ਸ਼ੋਡ ਮੀ। ਤੁਹਾਨੂੰ ਮੈਂ ਈਮੇਲ ਬਣਾ ਕੇ ਲਿਖੀ ਸੀ ਕਿ ਵੀ ਹਾਂਜੀ ਆਈ ਤੁਸੀਂ ਹੈਵ, ਹਾਂਜੀ ਮੈਂ ਪੜ੍ਹ ਲਈ ਸੀ। ਜੀ ਕੁਝ ਕਰੋ ਕਰੋ, ਤੁਹਾਨੂੰ ਮੈਂ ਖਬਰ ਦੇ ਦੀ ਸੀ ਉਹਨਾਂ ਨੇ ਵੀਜ਼ਾ ਅਪਰੂਵ ਕਰਤਾ। ਓ ਵਾਓ ਸੱਚੀ ਸੱਚੀ? ਓ ਮਾਈ ਗੋਡ ਆਰ ਯੂ ਸ਼ੋਰ? Well, I'm pretty much sure, as that's what I do. This oh is my business. Oh my god, I'm so happy. Thank you so much. They hon MP kol jaan di load nahi hai, unhone mainu oh da jehda pehla refuse kita si oh khol ke dobara unnu refuse nu chak ke fir oh processing vich lata te mainu mainu unhone kiya hai ki tusi bacche da medical kara ke dio. Oh my god, thank you so much. Main ਬਿਲੀਵ ਨਹੀਂ ਕਰ ਸਕਦੀ, ਮੈਂ ਦੋ ਦਿਨ ਤੋਂ ਇੰਨੀ ਅਪਸੈਟ ਕਿ ਮੈਂ ਕਿਸ ਤਰ੍ਹਾਂ ਕਰਾਂ, ਮੈਂ ਇੰਨੀ ਅਮਾਊਂਟ ਨਹੀਂ ਇੰਡੀਆ ਇਕੱਠੀ ਕਰ ਸਕਦੀ। ਪਾਪਾ ਪਰੇਸ਼ਾਨ, ਪਾਪਾ ਕਹਿੰਦੇ ਕੁਛ ਵੀ ਕਰਕੇ ਮੈਂ ਘਰ ਗਿਰਵੀ ਰੱਖ ਦਿੰਦਾ ਬੇਟਾ, ਇਹੀ ਕਰ ਸਕਦਾ। ਮਤਲਬ ਆਈ ਵਾਜ਼ ਲਿਟਰਲੀ ਕਰਾਇੰਗ ਯੈਸਟਰਡੇ, ਐਂਡ ਆਈ ਐਮ ਰੀਅਲੀ ਥੈਂਕਫੁਲ ਟੂ ਯੂ, ਐਂਡ ਆਲ ਕ੍ਰੈਡਿਟ ਗੋਜ਼ ਟੂ ਯੂ ਓਨਲੀ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਅੰਕਲ ਭੁੱਲ ਸਕਦੀ ਹੋਈ ਆ, ਜੋ ਵੀ ਤੁਸੀਂ। Yeah, I mean, it's just I take most cases very seriously. I don't and many other immigration lawyers and consultants ask me, why do you start crying? Sometimes you get, you know, tears in your eyes, and I say, look, this is not just a way to make money, but when I decide to take a client, it just gets to my heart. I mean, I just take it very personally and emotionally. It's not just for money only. So thanks to actually to you who have showed trust and patience. Mainu pata hai ki kai baar kyunki mere kol cases taan hi aande hai, jab 3-4 baar refuse na ho jaye tad tak case koi landa nahi mere through, number one. Dusra, kai baar ਜਿਸ ਤਰ੍ਹਾਂ ਤੁਹਾਡਾ ਵੀ ਰਿਫਿਊਜ਼ ਹੋ ਗਿਆ, ਤੇ ਮੈਨੂੰ ਐਕਚੁਅਲੀ ਜਦ ਮੈਂ ਕਲਾਇੰਟਸ ਨੂੰ ਕਾਲ ਕਰਦਾ ਕਿ ਰਿਫਿਊਜ਼ ਹੋ ਗਿਆ, ਮੈਨੂੰ ਆਪ ਡਰ ਲੱਗਦਾ ਕਿ ਵੀ ਅਗਲੇ ਨੂੰ ਕਿੱਦਾਂ ਦੱਸੀਏ। ਆਈ ਫੀਲ ਇੰਬੈਰਸਡ ਆਲਸੋ ਕਿ ਵੀ ਰਿਫਿਊਜ਼ ਹੋ ਗਿਆ, ਲੇਕਿਨ ਆਈ ਅਪਰੀਸ਼ੀਏਟ ਐਂਡ ਐਡਮਾਇਰ ਦ ਟਰਸਟ ਦੈਟ ਯੂ ਹੈਵ ਸ਼ੋਨ, ਪੇਸ਼ੈਂਸ ਯੂ ਸ਼ੋਨ, ਕਿ ਯੂ نو ਵੀ ਵਿਲ ਡੂ ਦ ਰਾਈਟ ਥਿੰਗ, ਐਂਡ ਉੱਪਰ ਵਾਲੇ ਦੀ ਇੱਕ ਬਹੁਤ ਬੜੀ ਮਿਹਰ ਹੈ ਕਿ ਯੂ نو ਦੇ ਹੈਵ ਓਪਨਡ ਇਟ, ਐਂਡ ਦੈਨ ਆਈ ਦੇਰ ਇਜ਼ ਨੋ ਸੀਕ੍ਰੇਟ, ਆਈ ਸ਼ੋਡ ਯੂ ਮਾਈ ਲੈਟਰ, ਜਿਹੜਾ ਮੈਂ ਲੈਟਰ 4 ਪੁਆਇੰਟ ਲਿਖੇ ਸੀ ਉਹ ਤੁਹਾਨੂੰ ਵੀ ਦਿਖਾਇਆ ਹੋਇਆ ਸੀ ਕਿ ਦਿਸ ਇਜ਼ ਵਾਟ ਆਈ ਐਮ ਰਾਈਟਿੰਗ ਐਂਡ ਦਿਸ ਇਜ਼ ਵਾਟ ਆਈ ਐਮ ਸੈਂਡਿੰਗ, ਐਂਡ ਯੂ نو ਥੈਂਕ ਯੂ ਸੋ ਮਚ। ਓਕੇ, ਟੇਕ ਕੇਅਰ, ਹੁਣ ਮੈਂਬਰ ਆਫ ਪਾਰਲੀਮੈਂਟ ਕੋਲ ਜਾਣ ਦੀ ਲੋੜ ਨਹੀਂ ਹੈ, ਟਿਕਟ ਈਜ਼ੀ। ਥੈਂਕ ਯੂ ਸੋ ਮਚ, ਥੈਂਕ ਯੂ। ਤੁਹਾਨੂੰ ਮੈਂ ਸਵੇਰੇ ਕਹਿ ਰਿਹਾ ਸੀ ਨਾ ਕਿ ਮੈਨੂੰ ਕਾਲ ਕਰੋ, ਕਿ ਤੁਸੀਂ ਕਹਿ ਰਹੇ ਸੀ ਆਈ ਕਰਾਂਗੇ, ਦੈਟਸ ਵਾਈ ਆਈ ਵਾਂਟਡ ਟੂ ਸੀ ਯੋਰ ਫੇਸ, ਕਿ ਹਾਊ ਡਸ ਇਟ, ਸੋ ਗੋ ਐਂਡ ਇੰਜੋਏ ਦ ਰੈਸਟ ਆਫ ਦ ਡੇ, ਟੈਲ ਯੋਰ ਕਲੀਗਸ। ਜੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਭ ਤੋਂ ਪਹਿਲੀ ਨਿਊਜ਼ ਮੈਂ ਆਪਣੇ ਬੇਟੇ ਨੂੰ ਦੇਣਾ, ਐਂਡ ਹੀ ਵਾਸ ਸੇਇੰਗ ਕਿ ਮਮਾ ਜਿੰਨੀ ਮਰਜ਼ੀ ਰਾਤ ਹੋਏ ਪਹਿਲਾਂ ਤੁਸੀਂ ਮੈਨੂੰ ਕਾਲ ਕਰਨੀ ਆ। ਯਾ, ਇੱਕ ਮੈਂ ਤੁਹਾਨੂੰ ਈਮੇਲ ਕਰ ਰਿਹਾ, ਇੱਕ ਮੈਡੀਕਲ ਉਹਦਾ ਰਿਕੁਐਸਟ ਆਇਆ ਹੈ, ਮੈਡੀਕਲ ਤੇ ਜਾ ਕੇ ਆਪਣਾ, ਜਿਹੜੇ ਤੁਹਾਨੂੰ ਤੁਸੀਂ ਪਹਿਲਾਂ ਕਹਿ ਰਹੇ ਸੀ ਨਾ ਕਿ ਲੁਧਿਆਣੇ ਦੇ ਡਾਕਟਰ ਮੈਡੀਕਲ ਨਹੀਂ ਕਰ ਰਹੇ, ਜਦ ਲੈਟਰ ਲਿਖ ਕਰਾਓ, ਤੇ ਉਹਨਾਂ ਨੂੰ ਦੱਸ ਦੇਣਾ ਕਿ ਮੈਡੀਕਲ ਆ ਗਿਆ, ਹੁਣ ਕਰੋ ਮੈਡੀਕਲ। ਜੀ ਜੀ, ਥੈਂਕ ਯੂ ਸੋ ਮਚ, ਬਾਏ ਬਾਏ, ਠੀਕ ਹੈ, ਬਾਏ ਬਾਏ। Oh my goodness. Oh.